ਸਤਿ ਸ਼੍ਰੀ ਅਕਾਲ ਜੀ ਲੋ ਜੀ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਤਾਂ ਖੈਰ ਮੋਜਾਂ ਲੱਗਣ ਲੱਗੀਆਂ ਨੇ ਮੋਜਾਂ ਇਸ ਕਰਕੇ ਕਿਉਂਕਿ ਜਿਹੜਾ ਆਰਡਰ ਤੁਹਾਨੂੰ ਮੈਂ ਦੱਸਣ ਜਾ ਰਿਹਾ ਪੰਜਾਬ ਜਾਗਰਾਨ ਨੇ ਛਾਪਿਆਗਾ ਕਿ ਹਾਈ ਕੋਰਟ ਦੇ ਵੱਲੋਂ ਕੁਝ ਦਿਨ ਪਹਿਲਾਂ ਵੀ ਇਹ ਖਬਰ ਆਈ ਸੀ ਕਿ ਪ੍ਰੋਵੀਸ਼ਨ ਪੀਰੀਅਡ ਵਾਲਾ ਜਿਹੜਾ ਇੱਕ ਸ਼ਰਤ ਹੈਗੀ ਉਹ ਖਤਮ ਕਰਤੀ ਹੈ ਯਾਨੀ ਕਿ ਜਿਹੜੇ ਮੁਲਾਜ਼ਮ ਨਵੇਂ ਲੱਗਦੇ ਸੀ ਉਹ ਪ੍ਰੋਵੀਸ਼ਨ ਪੀਰੀਅਡ ਹੁੰਦਾ ਸੀ ਉਹਨਾਂ ਦਾ ਤੇ ਉਸ ਸਮੇਂ ਦੇ ਦੌਰਾਨ ਉਹਨਾਂ ਨੂੰ ਬੜਾ ਮਾਮੂਲੀ ਜਾਂ ਜੇ ਪੱਤੇ ਤੋਂ ਬਿਨਾਂ ਜਿਹੜਾ ਮਾਮੂਲੀ ਇੱਕ ਰਕਮ ਦਿੱਤੀ ਜਾਂਦੀ ਸੀ ਹਾਈ ਕੋਰਟ ਨੇ ਡਿਟੇਲਡ ਜਿਹੜੀ ਇਹਨਾਂ ਨੇ ਜਾਣਕਾਰੀ ਲਈ ਹੈ ਉਹਦੇ ਚ ਇਹ ਗੱਲ ਕਹਿੰਦੇ ਨੇ ਕਹਿੰਦੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਪਣੇ ਇੱਕ ਅਹਿਮ ਹੁਕਮ ਦੇ ਵਿੱਚ ਪੰਜਾਬ ਦੇ ਹਜ਼ਾਰਾਂ ਸਰਕਾਰੀ ਮੁਲਾਜ਼ਮਾਂ ਨੂੰ ਵੱਡੀ ਰਾਹਤ ਦਿੰਦਿਆ ਉਹਨਾਂ ਦਾ ਇਹ ਪ੍ਰੋਬੇਸ਼ਨ ਪੀਰੀਅਡ ਦੀ ਸੇਵਾ ਵਿੱਚ ਸ਼ਾਮਲ ਕਰਕੇ 3 ਮਹੀਨੇ ਦੇ ਅੰਦਰ ਅੰਦਰ ਉਹਨਾਂ ਦੇ ਬਕਾਇਆ ਪੱਤੇ ਅਦਾ ਕਰਨ ਦੇ ਹੁਕਮ ਦਿੱਤੇ ਨੇ ਯਾਨੀ ਕਿ ਜਿਨ੍ਹਾਂ ਦੇ ਉਹਨਾਂ ਦੇ ਜਿਹੜਾ ਸਾਮਾ ਨਿਕਲ ਗਿਆ ਉਹਨਾਂ ਦੇ ਜਿਹੜੇ ਬਕਾਇਆ ਪੱਤੇ ਬਣਦੇ ਨੇ ਜਿਹੜੇ ਕਿਉਂਕਿ ਅਸਲ ਸੈਲਰੀ ਵੈਸੇ ਦੇਖੀਏ ਤਾਂ ਬੇਸਿਕ ਹੋਰ ਹੁੰਦੀ ਆ ਬਹੁਤ ਘੱਟ ਹੁੰਦੀ ਆ ਯਾਨੀ ਕਿ ਜੇ ਕਰੀਏ ਪਤੇ ਪੁੱਤੇ ਰਲਾ ਕੇ ਉਹਨਾਂ ਦੀ ਸੈਲਰੀ ਚੰਗੀ ਮੋਟੀ ਖਾਸੀ ਬਣ ਜਾਂਦੀ ਆ ਤੇ ਹੁਣ ਪੰਜਾਬ ਹਾਈ ਕੋਰਟ ਨੇ ਆਪਣੇ ਇਸ ਕਹਿੰਦੇ ਇਹ ਅਹਿਮ ਹੁਕਮ ਦੇ ਵਿੱਚ ਪੰਜਾਬ ਦੇ ਹਜ਼ਾਰਾਂ ਸਰਕਾਰੀ ਮੁਲਾਜ਼ਮਾਂ ਨੂੰ ਵੱਡੀ ਰਾਹ ਦਿੰਦਿਆਂ ਉਹਨਾਂ ਦਾ ਪ੍ਰੋਬੇਸ਼ਨ ਪੀਰੀਅਡ ਦੀ ਸੇਵਾ ਵਿੱਚ ਆ ਸ਼ਾਮਲ ਕਰਨ ਦੇ ਕਰਕੇ 3 ਮਹੀਨੇ ਦੇ ਅੰਦਰ ਅੰਦਰ ਉਹਨਾਂ ਦੇ ਬਕਾਏ ਜਿਹੜੇ ਪੱਤੇ ਰਹੇਗੇ ਬਕਾਏ ਅ ਅਦਾ ਕਰਨ ਦੇ ਹੁਕਮ ਦੇ ਦਿੱਤੇ ਨੇਗੇ ਜਸਟਿਸ ਐਮ ਐਸ ਰਾਮਚੰਦਰ ਰਾਓ ਅਤੇ ਜਸਟਿਸ ਸੁਖਵਿੰਦਰ ਕੌਰ ਦੇ ਬੈਂਚ ਨੇ ਆਪਣੇ अहम ਫੈਸਲੇ ਚ ਇਹ ਕਿਹਾ ਕਿ ਹਾਈ ਕੋਰਟ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ 15 ਜਨਵਰੀ 2015 ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਰੱਦ ਕਰ ਚੁੱਕਿਆ ਜਿਸ ਦੇ ਤਹਿਤ ਪ੍ਰਵੇਸ਼ਨ ਦੇ ਦੌਰਾਨ ਅਹੁਦੇ ਤਾਬਕ ਨਿਸ਼ਚਿਤ ਤਨਖਾਹ ਇਨਕਰੀਮੈਂਟ ਤੇ ਕਈ ਹੋਰ ਪੱਤੇ ਨਹੀਂ ਦਿੱਤੇ ਗਏ ਤੇ ਇਸੇ ਦੌਰਾਨ ਸਿਰਫ 15600 ਰੁਪਏ ਮੁਤਾਬਕ ਮਾਸਿਕ ਜਿਹੜਾ ਤਨਖਾਹ ਹੈ ਤੈਅ ਕੀਤੀ ਗਈ ਉਦੋਂ ਹਾਈ ਕੋਰਟ ਨੇ ਪ੍ਰੋਬੋਸ਼ਨ ਪ੍ਰੋਬੋਸ਼ਨ ਪੀਰੀਅਡ ਨੂੰ ਸੇਵਾ ਵਿੱਚ ਸ਼ਾਮਲ ਕਰਨ ਦੇ ਹੁਕਮ ਦਿੱਤੇ ਸਨ ਪਰ ਬਕਾਇਆ ਅਦਾ ਕਰਨ ਦਾ ਹੁਕਮ ਨਹੀਂ ਦਿੱਤਾ ਸੀਗੇ ਹੁਣ ਹਾਈ ਕੋਰਟ ਨੇ ਸਰਕਾਰ ਨੂੰ 3 ਮਹੀਨਿਆਂ ਚ ਪ੍ਰੋਬੋਸ਼ਨ ਪੀਰੀਅਡ ਦੇ ਬਕਾਇਆ ਬਕਾਇਆ ਅਦਾ ਕਰਨ ਦੇ ਹੁਕਮ ਦਿੱਤੇ ਨੇ ਹਾਈ ਕੋਰਟ ਨੇ ਕਿਹਾ ਕਿ 2015 ਦੇ ਇਸ ਨੋਟੀਫਿਕੇਸ਼ਨ ਨੂੰ ਰੱਦ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਇਸ ਨੂੰ ਹਾਈ ਕੋਰਟ ਨੇ ਹੀ 2018 ਦੇ ਵਿੱਚ ਰੱਦ ਕਰ ਦਿੱਤਾ ਹੈ ਅਜਿਹੀ ਚ ਹੁਣ ਸਰਕਾਰ ਨੂੰ ਉਹਨਾਂ ਮੁਲਾਜ਼ਮਾਂ ਦੇ ਪ੍ਰਵੇਸ਼ਨ ਦੇ ਮਿਆਦ ਨੂੰ ਉਹਨਾਂ ਦੇ ਰੈਗੂਲਰ ਸੇਵਾ ਮੰਨੇਗੀ ਅਜਿਹੀ ਸਥਿਤੀ ਵਿੱਚ ਹੁਣ ਸਰਕਾਰ ਇਹਨਾਂ ਮੁਲਾਜ਼ਮਾਂ ਦੇ ਪ੍ਰਵੇਸ਼ਨ ਦੀ ਮਿਆਦ ਨੂੰ ਉਹਨਾਂ ਦੇ ਨਿਮਤ ਸੇਵਾ ਮੰਨਦੇ ਹੋਏ ਉਹਨਾਂ ਦੀ ਸੇਵਾ ਦੀ ਮਿਆਦ ਤੈਅ ਕਰੇਗੀ ਅਤੇ ਪ੍ਰਵੇਸ਼ਨ ਪੀਰੀਅਡ ਨੂੰ ਰੈਗੂਲਰ ਸੇਵਾ ਮੰਨਦੇ ਹੋਏ ਉਹਨਾਂ ਨੂੰ ਉਸ ਸਮੇਂ ਦੇ ਉਸ ਸਮੇਂ ਦੇ ਦੌਰਾਨ ਦੇ ਕੀਤੇ ਗਏ ਸੇਵਾ ਦੇ ਸਾਰੇ ਪੱਤੇ ਇਹ ਬਕਾਇਆ 3 ਮਹੀਨਿਆਂ ਦੇ ਵਿੱਚ ਜਾਰੀ ਕਰੇਗੀ ਹੁਣ ਗੱਲ ਇਹ ਹੈ ਸਰਕਾਰ ਕੋਲੇ ਹੈ ਵੀ ਜਾਂ ਤਾਂ ਸਰਕਾਰ ਹੁਣ ਜਾਊਗੀ ਸੁਪਰੀਮ ਕੋਰਟ ਜਾਂ ਜੇ ਕਿਹਾ ਜਾਵੇ ਇਹ ਗੱਲ ਮੰਨੂਗੀ ਜ਼ਿਆਦਾਤਰ ਇਹ ਹੈ ਵੀ ਜਦੋਂ ਬੈਂਚ ਨੇ ਫੈਸਲਾ ਦਿੱਤਾ ਮਨਜੋਗ ਹਾਈ ਕੋਰਟ ਦੀ ਨੇ ਤਾਂ ਕਿਤਨਾ ਕਿਤੇ ਸਰਕਾਰ ਨੂੰ ਇਹ ਮੰਨਣਾ ਪਊਗਾ ਕਈ ਦੇ ਤਾਂ ਕਹਿ ਸਕਦੇ ਆ ਮਿੱਤਰੋ ਹੋ ਗਈ ਚਾਂਦੀ ਕਿ ਆਖਰ ਜਿਹੜਾ ਉਹ 3 ਸਾਲ ਵਾਲਾ ਪ੍ਰੋਵੀਸ਼ਨ ਸੀਗਾ ਵੈਸੇ ਖੈਰ ਇਹਦੇ ਕਿਉਂਕਿ ਇਹ ਹਾਈ ਕੋਰਟ ਦਾ ਫੈਸਲਾ ਇਹਦੇ ਚ ਨਹੀਂ ਮੈਂ ਕੋਈ ਅਜਿਹੀ ਗੱਲ ਕਰੂੰਗਾ ਪਰ ਮੋਜਾਂ ਲੱਗੀਆਂ ਨੇ ਸਰਕਾਰੀ ਮੁਲਾਜ਼ਮਾਂ ਨੂੰ ਤੇ ਦਿਖਾ ਦਿਓ ਆਹ ਖਬਰ ਸਾਰਿਆਂ ਨੂੰ ਕਿਉਂਕਿ ਆਨੰਦ ਹੋਣ ਵਾਲਾ ਪੱਤੇ ਇਕੱਠੇ ਮਿਲਣਗੇ ਪੈਸੇ ਵੀ ਚੰਗੇ ਬਣ ਜਾਣਗੇ ਤੇ ਸਰਕਾਰ ਦੇ ਪ੍ਰਵੇਸ਼ਨ ਪੀਰੀਅਡ ਵਾਲੇ ਫੈਸਲੇ ਨੂੰ ਕਹਿ ਸਕਦੇ ਹਾਂ ਹਾਈ ਕੋਰਟ ਨੇ ਰੱਦ ਕਰਤਾ ਹੁਣ ਉਹਨਾਂ ਨੂੰ ਰੈਗੂਲਰ ਹੈ ਜਿਹੜਾ ਕਰਨਾ ਹੋਊਗਾ ਹੁਣ ਗੱਲ ਇਹ ਵੀ ਸਰਕਾਰ ਸੁਪਰੀਮ ਕੋਰਟ ਜਾਂਦੀ ਹੈ ਯਾ ਉਰੀ ਮੰਨ ਕੇ ਹੁਣ ਆਪਦਾ ਇਹ ਸ਼ੁਰੂ ਕਰ ਦੂਗੀ ਕਿ ਠੀਕ ਹੈ ਪ੍ਰਵੇਸ਼ਨ ਵਾਲਾ ਕੰਮ ਹੈ ਜਿਹੜਾ ਉਹ ਖਤਮ ਕਰਦੀ ਹੈ ਆਪਾਂ ਕਿਉਂਕਿ ਮੁਲਾਜ਼ਮਾਂ ਦੇ ਵਾਸਤੇ ਇਹ ਵੱਡੀ ਚੀਜ਼ ਸੀ ਮੁਲਾਜ਼ਮ ਕਾਫੀ ਸਮੇਂ ਤੋਂ ਇਸ ਦੀਦਾ ਰੋਲਾ ਪਾਉਂਦੇ ਸੀ ਕਿ ਜਦੋਂ ਉਹ ਬਾਕੀਆਂ ਦੇ ਮੁਕਾਬਲੇ ਕੰਮ ਕਰਦੇ ਨੇ ਤਾਂ ਦੂਜੇ ਨੂੰ ਤਰਖਾ ਘੱਟ ਕਿਉਂ ਪੱਤਿਆਂ ਦੇ ਨਾਲ ਹੀ ਜੇ ਕਹੀਏ ਕਿ ਸੈਲਰੀ ਇੱਕ ਖਾਸੀ ਚੰਗੀ ਬਣ ਜਾਂਦੀ ਆ ਤੇ ਹੁਣ ਹਾਈ ਕੋਰਟ ਨੇ ਕਹੀ ਦਿੱਤਾ ਵੀ 3 ਮਹੀਨੇ ਦੇ ਅੰਦਰ ਅੰਦਰ ਇਹ ਪੈਸੇ ਦਿਓ